सत श्रीकाल जी, तुसी वेख रहे हो D5 चैनल पंजाबी ते मैं मनदीप सिंह वल्लों पर इस वेले दी अहम खबर लैके हाजिर हाँ। लंबे समय तो किसानां दे वल्लों केंद्र सरकार दे अगे मंग कीती जा रही सी कि MSP दे उत्ते एक कमेटी बनाई जावे, जिस नूं केंद्र सरकार ने अज मन लिया है ते एक नोटिफिकेशन जारी किया गया है जिस दे विच MSP दे उत्ते कमेटी बनाई गई है। इस कमेटी दे चेयरमैन सबका खेतीबाड़ी सकत्तर संजय सिंह अग्रवाल होणगे ते पंजाब दे किसान जथेबंदियां दे आगू भी इस कमेटी दे विच शामिल किए जाएंगे। तो भारत के वक् वक् सूबों के वक् वक् किसान जथेबंदियों के लोग किसान इस पार्टी दे विच इस कमेटी दे विच शामिल होंगे। इस कमेटी के बारे साडे नाल गलबात करन दे लई जुड़ चुके ने मानसा तो किसान आगू रुलदू सिंह मानसा। हैलो। हाँ जी हैलो। हाँ जी मानसा साहब, की लगता है जी केंद्र सरकार दे वल्लों MSP दे उत्ते कमेटी बना दी गई है, तुहाडी की प्रतिक्रिया जी? ਇੱਥੇ ਪ੍ਰਤੀਕਿਰਿਆ ਇਹ, ਹੁਣ ਤਾਂ ਸਾਡੀ 22 ਤਰੀਕ ਦੀ ਮੀਟਿੰਗ ਹੈ ਪੰਜਾਬ ਦੀਆਂ ਜਥੇਬੰਦੀਆਂ ਦੀ ਜੀ, ਤੇ ਮੈਂ ਸੈਂਟਰ ਨੂੰ ਇਹੀ ਕਹਿਣਾ ਵੀ ਜੇ ਉਹਨੇ ਕੋਈ ਸਾਡੇ ਕੋਈ ਕਿਸਾਨ ਆਗੂ ਲੈਣੇ ਨੇ, ਜਿਵੇਂ ਸਾਡੀਆਂ ਪਹਿਲਾਂ ਮੀਟਿੰਗਾਂ ਸਰਦੀਆਂ ਤੋਂ ਉਵਰ ਨੇ, ਇੱਕ ਮੀਟਿੰਗ ਸੱਦੇ ਸਾਡੀ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਆਲਮੀ ਦੀ ਜੀ, ਅਸੀਂ ਉਦੋਂ ਪਹਿਲਾਂ ਆਪਦੀ ਮੀਟਿੰਗ ਕਰ ਲਾਂਗੇ, ਫਿਰ ਅਸੀਂ ਉਹ ਤੈਅ ਕਰ ਦਾਂਗੇ ਵੀ ਜਿਹੜੇ ਕਿਸਾਨਾਂ ਨੂੰ ਦੇਣਾ। ਮੇਰੀ ਤਾਂ ਇਹੀ ਰਾਇ ਜੀ ਜੀ। ਹਾਂ ਤੇ ਇਸ ਮਸਲੇ ਕਮੇਟੀ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਗਿਆ ਕਿਸੇ ਨਾਮ ਦਿੱਤੇ ਤੁਸੀਂ ਇਸ ਤੋਂ ਪਹਿਲਾਂ ਹੀ ਕੋਈ? ਨਹੀਂ, ਅਸੀਂ ਜਿਹੜੇ ਪਹਿਲਾਂ ਸਰਕਾਰ ਨੇ ਨਾਂ ਦਿੱਤੇ ਸੀ ਉਦੋਂ ਪਹਿਲਾਂ 4 ਮੈਂਬਰੀ ਕਮੇਟੀ ਉਹ ਰੱਦ ਕਰਤੇ ਸੀ, ਅਸੀਂ ਕੋਈ ਨਾਂ ਨਹੀਂ ਦਿੱਤਾ ਅੱਜ ਤੱਕ। ਸਾਡਾ ਥੋੜਾ ਜਿਹਾ ਮੈਂ ਬੇਨਤੀ ਕਰਨਾ ਚਾਹੁੰਦਾ, ਅਸੀਂ ਇਲੈਕਸ਼ਨ ਚ ਵਾਗੇ ਜੀ ਮੋਰਚੇ ਦੇ ਵਿੱਚ ਥੋੜਾ ਜਿਹਾ ਮਤਾ ਮਤਭੇਦ ਆ ਗਏ ਸੀ ਨਾ, ਉਹ ਅਸੀਂ ਸੈੱਟ ਕਰ ਲਏ, ਸਾਰੇ ਇਕੱਠੇ ਹੋ ਗਏ ਹੁਣ ਜੀ, ਸਾਰੇ ਇਕੱਠੇ ਹੋ ਗਏ, ਸੈਂਟਰ ਸਾਡੀ ਮੀਟਿੰਗ ਸੱਦੇ, ਉਦੋਂ ਬਾਅਦ ਮਤਲਬ ਫੇਰ ਕੋਈ ਜਿਹੜੇ ਬੰਦੇ ਜਾਂ ਸੈਂਟਰ ਐਂ ਕਰਦੇ ਮੀਟਿੰਗ ਦੀ ਸਾਨੂੰ ਲੋੜ ਹੀ ਨੀ। ਅਸੀਂ ਇੱਕ ਚਿੱਠੀ ਦਿੱਤੀ ਹੈ ਜੀ ਜੀ, ਸਰਕਾਰੀ ਖਰੀਦ ਚਾਲੂ ਕਰੋ, ਆਹ ਸਾਡੀਆਂ ਮੰਗਾਂ ਮੰਨੋ, ਉਹ ਮੀਟਿੰਗ ਚ ਬਹਿ ਕੇ ਕਿਹੜਾ ਕੋਈ ਆਪਾਂ ਨੇ ਜ਼ਿਆਦਾ ਉਹ ਕਰਨਾ, ਨਾ ਕੋਈ ਸਾਡੇ ਨਾਲ ਲਾਂਚ ਤੇ ਕਿਸੇ ਮੀਟਿੰਗ ਬੈਠਦਾ, ਜਾਂ ਸਰਕਾਰ ਸਾਡੀ ਚਿੱਠੀ ਤੇ ਅਮਲ ਕਰਨੀ ਜੀ, ਹਾਂ ਅਸੀਂ ਉਹ ਤੇ ਕਹਿੰਦੇ ਅਮਲ ਕਰਨੇ। ਜਿਹੜੀ ਪੰਜਾਬ ਦੀ 32 ਜਥੇਬੰਦੀਆਂ ਸੀ ਹੁਣ ਇਕੱਠੀਆਂ ਨੇ ਸਾਰੀਆਂ ਜੀ? ਹਾਂ, 32 ਚੋਂ ਸਾਡੀ ਇੱਕ ਜਥੇਬੰਦੀ ਬਾਹਰ ਹੈ। ਉਹ ਕਿਹੜੀ? ਟੰਡਿਆ। ਠੀਕ ਹੈ ਜੀ। ਜਿਹੜੀ 32 ਜਥੇਬੰਦੀ ਸੰਘਰਸ਼ ਚੱਲ ਰਿਹਾ ਪਹਿਲਾਂ ਕੱਲਾ ਟੰਡਿਆ ਦਾ ਬਾਹਰ ਹੈ, ਅਸੀਂ ਉਹਨੂੰ ਵੀ ਨਿਮਰਤਾ ਸਹਿਤ ਬੇਨਤੀ ਕਰ ਰਹੇ ਹਾਂ ਵੀ ਇਕੱਠੇ ਹੋ ਜੀ ਆਪਾਂ, ਦੁੱਖ ਹੋ ਜਾਂਗੇ ਇਕੱਠੇ, ਸਾਡਾ ਕੋਈ ਫਰਕ ਨਹੀਂ ਪੈਂਦਾ ਜੀ ਜੀ। ਸਰਕਾਰ ਦੇ ਵੱਲੋਂ ਕੋਈ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਤੁਹਾਡੇ ਨਾਲ ਕਿਸੇ ਆਗੂ ਨਾਲ ਕੋਈ ਗੱਲਬਾਤ ਹੋਈ ਹੈ ਜੀ? ਦੇਖੋ ਜੀ, ਮੇਰੇ ਨਾਲ ਤਾਂ ਨਹੀਂ ਹੋਈ, ਜੇ ਕਿਸੇ ਹੋਰ ਆਗੂ ਨਾਲ ਹੋਊਗੀ ਮੈਂ ਕਹਿ ਨਹੀਂ ਸਕਦਾ ਜੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।